ਭਾਜੀ ਸਕੂਲ ਗਿਆ, ਅੱਛਾ ਸਕੂਲ ਬਸ ਫਲੋਚੀ ਬੋਲੋ। ਸਕੂਲ ਗਿਆ ਜੀ ਬਸ, ਸਵੇਰਿਓ ਸਕੂਲ ਤਾਂ ਪਹੁੰਚਿਆ ਨਹੀਂ, ਬਸ ਰਸਤੇ 'ਚ ਜੀ ਗੰਨੇ 'ਚ ਸਾਨੂੰ ਨਹੀਂ ਪਤਾ ਲੱਗਿਆ ਜੀ ਕਿ ਕਿਹੜੇ ਕਿਹੜੇ ਗੰਨੇ ਦਿੱਤਾ ਜੀ? ਉਹ ਗਾਹਾਂ ਜੀ, ਆਹ ਛੱਡ ਕੇ ਉਹ ਗਾਹਾਂ ਵਾਲਾ ਜੀ। ਅੱਛਾ ਕਿਹੜੇ ਪਿੰਡ ਦਾ? ਅੱਧਾ ਕੁ ਕਿਲੋਮੀਟਰ ਪਿੰਡ ਇਹਨਾਂ ਦੇ ਹੀ ਪਿੰਡ ਦੇ ਵਿੱਚ। ਕਿੰਨੇ ਸਾਲ ਦਾ ਸੀ ਬੱਚਾ? ਮੈਂ ਕਹਾਂ ਤਾਂ ਜੀ 13 ਸਾਲ ਦਾ। ਅੱਛਾ ਜੀ, ਤੇ ਪਹਿਲਾਂ ਵੀ ਕਦੇ ਕੋਈ ਇਸ ਤਰ੍ਹਾਂ? ਨਾ ਜੀ ਨਾ ਜੀ, ਕੁਛ ਵੀ ਨਹੀਂ ਹੋਇਆ, ਕਦੇ ਵੀ ਨਹੀਂ ਹੋਇਆ ਕੁਛ। ਅੱਛਾ, ਕੀ ਕਾਰਨ ਸੀ ਜਿਹੜਾ ਸਕੂਲ ਲਈ ਗਿਆ ਜੀ? ਸਕੂਲ ਤਾਂ ਜੀ ਬਸ ਪਤਾ ਨਹੀਂ ਤਾ ਜੀ, ਉਹ ਜਿਹੜੀਆਂ ਗਾਇਆਂ ਫਿਰਦੀਆਂ ਨੇ ਉਹਨਾਂ ਨੇ ਉਹ ਡਰਾਤਾ, ਰੱਬ ਜਾਣੇ ਜੀ ਉਹਨਾਂ ਨੇ ਕਿਸੇ ਨੇ ਉਹਦੇ ਨਾਲ ਕੁਛ, ਸਾਨੂੰ ਨਹੀਂ ਜੀ ਕਿਸੇ ਗੱਲ ਦਾ ਪਤਾ ਵੀ ਕਿਸੇ ਨੇ ਕੁਛ ਕਰਿਆ। ਕੋਈ ਪਤਾ ਲੱਗਿਆ ਕੋਈ ਸਕੂਲ ਦਾ ਵੀ ਦਿੱਕਤ ਸੀ, ਕੋਈ ਸਕੂਲ ਦਾ ਕੰਮ ਨਹੀਂ? ਨਾ ਜੀ ਨਾ ਜੀ ਨਾ ਜੀ, ਅਸੀਂ ਤਾਂ ਕੋਈ ਗੱਲ ਨਹੀਂ ਦੇਗੀ, ਸਕੂਲ ਵਾਲੀ ਤਾਂ ਬਹੁਤ ਵਧੀਆ ਕੰਮ ਕਰਦਾ ਤਾ ਰੋਜ਼ ਜਾ ਕੇ। ਕੀ ਕਾਰਨ ਸੀ ਜਿਹੜਾ ਕੱਲ੍ਹ ਸਕੂਲ ਨਹੀਂ ਗਿਆ ਜੀ? ਬਸ ਜੀ ਇਹ ਨਹੀਂ ਪਤਾ ਕਾਰਨ ਦਾ, ਤਾਂ ਸਾਨੂੰ ਵੀ ਨਹੀਂ ਪਤਾ ਘਰੋਂ ਤਿਆਰ ਹੋ ਕੇ ਗਿਆ, ਇਹ ਨਹੀਂ ਪਤਾ ਵੀ ਚਰਚਾ ਵੜ ਗਿਆ ਉਹ, ਪਤਾ ਨਹੀਂ ਕਿਸੇ ਕੋਈ ਲੈ ਕੇ ਗਿਆ ਉਹ ਵਿੱਚ, ਸਾਨੂੰ ਕੋਈ ਪਤਾ ਨਹੀਂ। ਇਹ ਸ਼ਾਮ ਨੂੰ 4 ਵਜੇ ਤੋਂ ਬਾਅਦ ਇਹਨਾਂ ਨੇ ਇੱਕ ਮਿੰਟ ਠੀਕ, ਕੀ ਨਾਮ ਹੈ ਜੀ? ਨਾ ਥੋੜਾ ਜੀ ਜਸਪ੍ਰੀਤ ਕੌਰ ਹੈ। ਹਾਂਜੀ, ਉਹ ਸਵੇਰੇ ਸਕੂਲ ਗਿਆ ਸੀ ਤਿਆਰ ਹੋ ਕੇ 9:30 ਵਜੇ ਦੇ ਤਕਰੀਬਨ, ਪਰ ਸਕੂਲ ਨਹੀਂ ਪਹੁੰਚੇ। ਸਕੂਲ ਜਦੋਂ ਨਾ ਪਹੁੰਚੇ ਇਹਨਾਂ ਨੂੰ ਤਾਂ ਇਹ ਸੀ ਵੀ ਸਕੂਲ ਚਲਿਆ ਗਿਆ, ਜੇ ਤਾਂ ਕੋਈ ਕਿਸੇ ਨਾਲ ਹੁੰਦੀ ਵੀ ਇਹਨਾਂ ਦੀ ਖਹਿਬਾਜ਼ੀ ਹੁੰਦੀ ਜਾਂ ਕੋਈ ਹੋਰ ਗੱਲਬਾਤ ਹੁੰਦੀ ਫਿਰ ਵੀ ਆ। ਚਲੋ ਸ਼ਾਮ ਦੇ 4 ਵਜੇ ਜਦੋਂ ਛੁੱਟੀ ਦਾ ਟਾਈਮ ਹੋਇਆ, ਇੱਥੇ ਬੈਠੇ ਸੀ ਬਾਹਰ, ਇਹ ਦੇਖਦੇ ਆ ਇਹਨਾਂ ਨੂੰ ਇੱਦਾਂ ਭੁਲੇਖਾ ਪਿਆ ਵੀ ਉਹ ਆ ਰਿਹਾ, ਸਾਹਮਣੇ ਤੋਂ ਦਿਖਿਆ ਇਹਨਾਂ ਨੂੰ ਦੋਨਾਂ ਜਣਿਆਂ ਨੂੰ ਸਾਨੂੰ ਤਾਂ ਪਤਾ ਵੀ ਆ ਰਿਹਾ ਹੈ। ਜਦੋਂ ਇਹ ਦੇਖੀ ਗਿਆ ਵੀ ਇੰਨਾ ਟਾਈਮ ਹੋ ਗਿਆ ਹੁਣ ਤੱਕ ਘਰ ਨਹੀਂ ਪਹੁੰਚਿਆ, ਗੰਨੇ ਦਾ ਖੇਤ ਸਾਰਾ ਲੰਘ ਗਿਆ ਵੀ ਇੰਨਾ ਟਾਈਮ ਹੋ ਗਿਆ ਇਹ, ਚਲੋ ਦੇਖਣ ਚਲੇ ਗਏ ਸਾਰੇ ਪਾਸੇ, ਗੰਨੇ 'ਚ ਵੀ ਦੇਖਿਆ ਕਿਤੇ ਨਹੀਂ ਮਿਲਿਆ, ਫਿਰ ਸਾਨੂੰ ਫੋਨ ਕੀਤਾ ਅਸੀਂ ਵੀ ਆ ਗਏ ਇੱਥੇ। ਜਦੋਂ ਆ ਕੇ ਅਸੀਂ ਰਾਤ ਨੂੰ ਦੇਖਿਆ ਪੁਲਿਸ ਵਾਲੇ ਵੀ ਆਏ ਹੋਏ ਸੀਗੇ, ਉਹਨਾਂ ਨੇ ਇਨਕੁਆਇਰੀ ਕੀਤੀ ਜੋ ਕਰਨੀ ਸੀਗੀ ਉਹਨਾਂ ਦੀ, ਕਹਿੰਦੇ ਚਲੋ ਗੰਨੇ 'ਚ ਦੁਬਾਰਾ ਦੇਖ ਲਈਏ। ਦੁਬਾਰਾ ਗਏ ਅਸੀਂ ਦੇਖਣ, ਫਿਰ ਸਾਨੂੰ ਪਤਾ ਲੱਗਿਆ ਵੀ ਗੰਨੇ ਦੇ ਵਿਚਾਲੇ ਪਿਆ ਜੀ, ਉਵੇਂ ਹੀ ਸਾਈਕਲ ਖੜਾ ਸੀ ਉਹਦਾ, ਉਵੇਂ ਹੀ ਬੈਗ ਪਿਆ ਸੀ, ਉਹ ਇਕੱਲਾ ਤਾਂ ਐਵੇਂ ਕਿਵੇਂ ਕਰ ਲੂਗਾ ਬੱਚਾ ਜੀ? ਬੱਚਾ ਡਰ ਵੀ ਗਿਆ ਕਿਸੇ ਚੀਜ਼ ਤੋਂ, ਸਾਨੂੰ ਇਹ ਸਮਝ ਨਹੀਂ ਆਉਂਦੀ ਫਿਰ ਉਹ ਵਿਚਾਲੇ ਗੰਨੇ ਦੇ ਕਿੱਥੇ ਚਲੇ ਗਿਆ। ਕੋਈ ਡਰ ਨਹੀਂ ਸੀ, ਪੜ੍ਹਦਾ ਸੀ ਵਧੀਆ, ਉਹਨੂੰ ਇਹ ਕਿਹਾ ਸੀ ਉਹਦੀ ਮੰਮੀ ਨੇ ਵੀ ਤੂੰ ਅੱਜ ਛੁੱਟੀ ਕਰ ਲਾ ਠੰਡ ਆ, ਉਹ ਕਹਿੰਦਾ ਨਹੀਂ ਮੈਂ ਜਾਣਾ, ਮੇਰਾ ਕੰਮ ਹੋਮਵਰਕ ਮੇਰਾ ਰਹਿ ਜਾਂਦਾ, ਮੈਂ ਉਹ ਕਰਨਾ, ਮੈਂ ਸਕੂਲ ਜ਼ਰੂਰ ਜਾਣਾ। ਸਕੂਲ ਤੋਂ ਨਹੀਂ ਸੀ ਕਤਰਾਉਂਦਾ, ਬਹੁਤ ਇੰਟੈਲੀਜੈਂਟ ਬੱਚਾ ਸੀਗਾ, ਬਹੁਤ ਸਾਊ ਸੀ, ਕਿਸੇ ਉਹਨੂੰ ਇੰਨਾ ਤਾਂ ਇਹ ਵੀ ਨਹੀਂ ਸੀ ਪਤਾ ਵੀ ਮੈਂ ਕਿੱਥੇ ਜਾਣਾ ਕਿੱਥੇ ਨਹੀਂ। ਸ਼ੱਕ ਕਿਸ ਤੇ ਤੁਹਾਨੂੰ ਦਾ? ਦੇਖੋ ਜੀ ਸ਼ੱਕ ਤਾਂ ਸਾਨੂੰ ਹਾਲੇ ਕਿਸੇ ਤੇ ਨਹੀਂ ਹੈਗਾ, ਪਰ ਅਸੀਂ ਹੁਣ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਕੁਛ ਕਹਾਂਗੇ। ਪਿੰਡ ਸੋਹਣੇ ਜਿਹੜਾ ਇਲਾਕਾ ਬੱਚੇ ਵਾਲਾ ਹੋਇਆ ਨਾ ਜੀ, ਇਹ ਬੱਚਾ ਪਿੰਡ ਸੋਹਣੇ ਹੈੱਡ ਦਾ ਰਹਿਣ ਵਾਲਾ ਜੀ, ਹਰਕਰਨਵੀਰ ਇਹਦਾ ਨਾਂ ਆ, ਫਾਦਰ ਦਾ ਨਾਂ ਮਹਿਮਾ ਸਿੰਘ ਆ, ਜਿਹੜੇ ਇਹਨਾਂ ਦਾ ਘਰ ਆ ਪਿੰਡੋਂ ਥੋੜ੍ਹਾ ਹਟਵਾਂ ਆ, ਇਹਨਾਂ ਦੇ ਘਰ ਤੋਂ ਜਿਹੜਾ ਪੱਕਾ ਪਾ ਇੱਟਾਂ ਦਾ ਬਣਿਆ ਜਾਂਦਾ, ਉਸੇ ਪੱਕੇ ਪਏ ਤੋਂ ਰੂਟੀਨ ਨਾਲ ਰੂਟੀਨ ਵਾਈਜ਼ ਰੋਜ਼ਾਨਾ ਉਸੇ ਪਏ ਤੋਂ ਅਲੀਪੁਰ ਸੋਹਣੀਆਂ ਬਣ ਜਾਂਦਾ, 9ਵੀਂ ਕਲਾਸ 'ਚ ਪੜ੍ਹਦਾ ਇਹ, ਅਤੇ ਉਸੇ ਪਏ ਤੋਂ ਸਾਈਕਲ 'ਤੇ ਆਪਣਾ ਬੈਗ ਟੰਗ ਕੇ ਜਾ ਰਿਹਾ ਸੀਗਾ, ਅਤੇ ਜਿਸ ਤਰ੍ਹਾਂ ਇਹਨੇ ਮੰਨ ਲਓ ਕਈ ਵਾਰ ਬੱਚੇ ਦਾ ਸਕੂਲ 'ਚੋਂ ਬੰਕ ਮਾਰਨ ਦਾ ਮੂਡ ਹੁੰਦਾ, ਇਹ ਕਮਾਲ 'ਚ ਬਹਿ ਗਿਆ ਸਾਈਕਲ ਖੜ੍ਹਾ ਕਰਕੇ, ਠੀਕ ਆ ਜੀ। ਉਹਦੀ ਇਸ ਇੱਕ ਮੀਨਸ ਵੀ ਇਹਨਾਂ ਨੇ ਜਦੋਂ ਦੇਖਿਆ ਵੀ ਨਹੀਂ ਬੱਚਾ ਆਇਆ, ਸ਼ਾਮ ਨੂੰ ਸਾਡੇ ਕੋਲ ਆਏ 6 ਵਜੇ ਮੂੰਹ ਦੇ ਸਾਡੇ ਕੋਲ ਆਇਆ, ਸਾਰੀ ਰਾਤ ਪੁੱਛੇ, ਰਾਤ ਪੁੱਛ ਕੇ ਬੱਚੇ ਦੇ ਫੋਟੋਗ੍ਰਾਫਸ ਲਏ ਸੀ, ਅਤੇ ਇਹਦਾ ਮੀ ਟਾਈਮ ਅਸੀਂ ਫਟਾਫਟ ਜਰਕਰ ਸਾਹਿਬ ਥਾਣੇ 'ਚ ਆਪਾਂ ਮੈਸੇਜ ਕਰਾਤੇ। 1 ਘੰਟੇ ਬਾਅਦ ਸਾਨੂੰ ਪਿੰਡੋਂ ਮੈਸੇਜ ਆਇਆ ਕਿ ਬੱਚੇ ਦਾ ਜਿਹੜਾ ਅਤਾ ਪਤਾ ਲੱਗਿਆ ਕਮਾਦ ਦੇ ਵਿੱਚ ਆ, ਬੱਚਾ ਕਮਾਦ ਦੇ ਵਿੱਚੋਂ ਇਹ ਡੈਡ ਬੋਡੀ ਜਿਹੜੇ ਮਾਤਾ ਪਿਤਾ ਲਿਆ ਸਿਵਲ ਹੋਸਪਿਟਲ, ਉਹਨਾਂ ਨੂੰ ਇਹ ਨਹੀਂ ਪਤਾ ਸੀ ਵੀ ਮਰ ਵਰ ਗਿਆ ਬੱਚਾ, ਇਹਦਾ ਸਾਰਾ ਬੇਹੋਸ਼ ਆ, ਜਦੋਂ ਹੋਸਪਿਟਲ ਲੈ ਗਏ ਬੱਚੇ ਨੂੰ ਤਾਂ ਡਾਕਟਰਾਂ ਨੇ ਉਹਨੂੰ ਮ੍ਰਿਤਕ ਘੋਸ਼ਿਤ ਕਰਤਾ। ਅਸੀਂ ਉਹਨਾਂ ਦੇ ਮਾਪਿਆਂ ਤੋਂ ਪੁੱਛਿਆ ਕੀ ਕਰਾਉਣਾ ਚਾਹੁੰਦੇ ਹਾਂ, ਉਹਨਾਂ ਦੇ ਕਹੇ ਅਨੁਸਾਰ ਬਿਨਾਂ ਕਿਸੇ ਵੈਰ ਵਿਰੋਧ ਦੇ ਉਹਨਾਂ ਨੇ ਕਿਹਾ ਵੀ ਸਾਡੀ ਕਿਸੇ ਨਾਲ ਕੋਈ ਸੁਣੀ ਨਹੀਂ, ਇਸ ਲਈ ਅਸੀਂ ਬੱਚੇ ਦੀ ਜਿਹੜੀ ਜਾਪਦੇ ਅਨੁਸਾਰ ਇੱਕ ਪਹੁੰਚ ਲਿਆਂਦੀ, ਅਤੇ ਇਸ ਕਰਕੇ ਡਾਕਟਰਾਂ ਤੋਂ ਅਸੀਂ ਜਿਹੜੀ ਹੈ ਪੋਸਟਮਾਰਟਮ ਰਿਪੋਰਟ ਜਿਹੜੀ 2 ਦਿਨ 'ਚ ਹਾਸਲ ਹੋ ਜੂਗੀ, ਪਰ ਡਾਕਟਰ ਸਾਹਿਬ ਦੇ ਮੂੰਹ 'ਚ ਵਾਲੇ ਦੱਸਣ ਮੁਤਾਬਕ ਵੀ ਬੱਚੇ ਨੂੰ ਦੰਦਲ ਪੈ ਜਾਣ ਕਰਕੇ ਉਸਨੂੰ ਸਾਹ ਲੈਣ 'ਚ ਪ੍ਰੋਬਲਮ ਆਈ,
ਜਿਸ ਕਰਕੇ ਉਹਦੇ ਸਾਹ ਚ ਰੁਕਾਵਟ ਆਉਣ ਵਜ੍ਹਾ ਨਾਲ ਉਸਦਾ ਦਿਲ ਕੰਮ ਕਰਨਾ ਬੰਦ ਕਰ ਗਿਆ, ਜਿਸ ਕਰਕੇ ਬੱਚੇ ਦੀ ਮੌਤ ਹੋ ਗਈ। ਨਹੀਂ ਨਹੀਂ ਜੀ, ਇੱਕ ਵੀ ਸੱਟ ਨੀ। ਮੈਂ ਉਹਦੇ ਬੱਚੇ ਦੀ ਬੋਡੀ ਦੇ ਸਾਰੇ ਕੱਪੜੇ ਉਤਰਵਾ ਕੇ ਇੱਕ ਇੱਕ ਪਾਰਟਸ ਮੈਂ ਬੋਡੀ ਦਾ ਚੈੱਕ ਕੀਤਾ, ਹਰ ਪੱਖ ਤੋਂ ਮੈਂ ਇੰਟਰਨਲ ਪਾਰਟ ਚੈੱਕ ਕੀਤੇ ਵੀ ਕੋਈ ਇਹੋ ਜਿਹਾ ਬੱਚੇ ਨਾਲ ਕੋਈ ਮਾੜਾ ਕੰਮ ਨਾ ਹੋਇਆ ਹੋਵੇ ਕਿਤੇ। ਸਾਡਾ ਪਹਿਲਾਂ ਇੱਕ ਲੱਗਦਾ ਕਿ ਬੱਚੇ ਨਾਲ ਕੋਈ ਮਾੜਾ ਕੋਈ ਕਰਮ ਨਾ ਹੋਇਆ ਹੋਵੇ। ਬੱਚੇ ਦੀ ਹਰ ਬੋਡੀ ਮੈਂ ਇੰਚ ਟੂ ਇੰਚ ਦੇਖੀ ਆਪੀ, ਖੁਦ ਕੋਈ ਸੱਟ ਨਹੀਂ ਬੱਚੇ ਦੇ। ਇੰਨਾ ਵੀ ਤਾਂ ਰੋਜ਼ ਫਿਰਦੇ ਨੇ, ਪਰ ਬੱਚੇ ਨਾਲ ਇਹੋ ਜਿਹਾ ਰੋਜ਼ ਜਾਂ ਕਾਲੇ ਫਿਰਨ ਦਾ ਕੋਈ ਇਹੋ ਜਿਹਾ ਹਾਸਾ ਨਹੀਂ ਹੋਇਆ। ਤੇ ਕਿੰਨੇ ਸਾਲ ਦਾ ਸੀ ਬੱਚਾ? 13-14 ਸਾਲ ਦੇ, 9ਵੀਂ ਕਲਾਸ ਦੇ ਵਿੱਚ ਪੜ੍ਹਦਾ ਸੀ। ਕਿਹੜੇ ਸਕੂਲ ਦਾ ਵਿਦਿਆਰਥੀ? ਅਲੀਪੁਰ ਸੌਂਡੀਆਂ ਪੜ੍ਹ ਜਾਂਦਾ ਸੀਗਾ ਜੀ। ਤੇ ਇਹਦੇ ਵਿੱਚ ਅਸੀਂ ਮਾਪਿਆਂ ਤੋਂ ਪੁੱਛ ਕੇ ਸਾਰੀ ਕਾਰਵਾਈ ਕੀਤੀ ਹੈ ਵੀ ਤੁਹਾਨੂੰ ਕਿਸੇ ਸ਼ੱਕ ਸ਼ਬਾ ਹੋਵੇ ਤਾਂ ਦੱਸੋ। ਫਿਰ ਵੀ ਵਿਸਰਾ ਰਿਪੋਰਟ ਆਉਣ ਤੋਂ ਬਾਅਦ ਜਦੋਂ ਸਾਨੂੰ ਇਕੱਲੀ ਸ਼ੱਕ ਕੋਈ ਸਾਨੂੰ ਪੈਦਾ ਨਵਾਂ ਹੋਇਆ ਸਾਡੇ ਲਈ, ਅਸੀਂ ਮਾਪਿਆਂ ਨੂੰ ਨਾਲ ਲੈ ਕੇ ਉਹਨਾਂ ਦੀ ਸਲਾਹ ਦੇ ਨਾਲ ਉਹਨਾਂ ਮੁਤਾਬਕ ਆਪਣੀ ਤਫਤੀਸ਼ ਮੁਤਾਬਕ ਫਾਈਨਲ ਸਿੱਟੇ 'ਤੇ ਪਹੁੰਚਾਂਗੇ।